ਭਾਰਤ ਸਰਕਾਰ ਵੱਲੋਂ ਜਿਹੜੇ VPPT ਮਸ਼ੀਨ ਜਿਹੜੀਆਂ ਲਗਾਈਆਂ ਗਈਆਂ ਹਨ, ਕਿਉਂਕਿ ਉਸ ਦੇ ਵਿੱਚ ਕਈਆਂ ਨੂੰ ਪਿੱਛੇ ਜੇ ਦੇਖਣ ਨੂੰ ਮਿਲਿਆ ਸੀ ਕਿ ਸਾਡੀ ਵੋਟ ਜਿਹੜੀ ਆ ਉਹ ਸਹੀ ਨਹੀਂ ਪਈ, ਅਸੀਂ ਇਸ ਸਰਕਾਰ ਨੂੰ ਤਾਂ ਵੋਟ ਪਾਈ ਨਹੀਂ, ਸਰਕਾਰ ਕਿਸ ਤਰ੍ਹਾਂ ਬਣ ਗਈ? ਪਰ ਹੁਣ ਅਸੀਂ ਤੁਹਾਨੂੰ ਕੈਮਰੇ ਜ਼ਰੀਏ ਦਿਖਾਉਣਾ ਚਾਹੁੰਦੇ ਹਾਂ ਕਿ ਜਿਹੜੀ VVPT ਪੈਟ ਮਸ਼ੀਨ ਹੈਗੀ ਹੈ ਉਹਦੇ ਵਿੱਚ ਇੱਕ ਪਰਚੀ ਹੈ, ਜਿਹੜੀ ਪਰਚੀ ਤੁਹਾਨੂੰ ਸਾਹਮਣੇ ਨਜ਼ਰ ਆਏਗੀ, ਜਿਹਦਾ ਸਮਾਂ ਜਿਹੜਾ ਵਾ ਉਹ 7 ਸੈਕਿੰਡ ਰੱਖਿਆ ਗਿਆ ਹੈ। ਅਸੀਂ ਹੁਣ ਤੁਹਾਨੂੰ ਬਟਨ ਦੱਬ ਕੇ ਦਿਖਾਉਣਾ ਚਾਹੁੰਦੇ ਹਾਂ ਕਿ ਇਹ ਦੇਖ ਸਕਦੇ ਤੁਸੀਂ ਕਿ ਅਸੀਂ ਆਪਣਾ ਜਿਹੜਾ ਆਹ ਬਟਨ ਨੱਪਿਆ ਜੀ। ਉਸ ਤੋਂ ਬਾਅਦ ਜਿਹੜੀ ਸਾਡਾ ਇੱਥੇ ਆਹ ਮਸ਼ੀਨ ਹੈ VVPAT, ਇਹਦੇ ਉੱਪਰ ਆਪਣੀ ਜਿਹੜੀ ਪਰਚੀ ਆ ਉਹ ਆ ਗਈ ਸਾਹਮਣੇ, ਅਤੇ ਜਿਹਨੇ ਉਮੀਦਵਾਰ ਨੇ ਜਿਹੜੇ ਬੰਦੇ ਨੇ ਆਪਣੀ ਵੋਟ ਪਾਈ ਆ ਉਸ ਵੋਟ ਨੂੰ ਉਹ ਵੇਖ ਸਕਦਾ ਵਾ, ਪਤਾ ਲੱਗ ਜਾਏ ਕਿ ਮੈਂ ਆਪਣਾ ਪਾਇਆ। ਉਸ ਤੋਂ ਬਾਅਦ ਉਹਦੇ ਬਟਨ ਵੀ ਜਿਹੜੇ ਉਹ ਦੱਬੇ ਜਾਣੇ ਸਾਹਮਣੇ ਆ ਜਾਣਾ ਵਾ ਕਿ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਵਾ ਉਹ ਨਹੀਂ ਰਹੇਗੀ। ਪਰ ਜੇਕਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ, ਉਹਨਾਂ ਨੇ ਵੀ ਇਸ ਚੀਜ਼ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਹਾਂ ਇਹ ਬਿਲਕੁਲ ਮਸ਼ੀਨ ਜਿਹੜੀ ਹੈ ਆਰ ਕੀ ਦੇਖਣ ਨੂੰ ਮਿਲੀ ਹੈ ਸਹੀ ਹੈਗੀ, ਕਿਉਂਕਿ ਅਸੀਂ ਜਿਹੜੀ ਸਰਕਾਰ ਨੂੰ ਵੋਟ ਪਾਈ ਹੈ ਕਿ ਉਸ ਵੋਟ ਪਾਈ ਆ ਜਾਂ ਨਹੀਂ, ਕਿਉਂਕਿ ਅਗਲੇ ਪਿਛਲੇ ਕੁਝ ਸਮਿਆਂ ਵਿੱਚ ਇਸੇ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਅਸੀਂ ਇਹ ਸਰਕਾਰ ਨਹੀਂ ਬਣਾਈ, ਪਰ ਅਸੀਂ ਇਸ ਦੇ ਵਿੱਚ ਜਿਹੜੀ ਇਹ ਦੇਖਣ ਨੂੰ ਮਿਲਿਆ ਕਿ ਸਾਹਮਣੇ ਇਹਦਾ ਪੂਰਾ ਫਲੈਕਸੀ ਬੋਰਡ ਲਗਾਏ ਗਏ ਨੇ, ਉਹਨਾਂ ਵਿੱਚ ਵੀ ਬਿਊਰੋ ਦਿੱਤਾ ਗਿਆ ਵਾ, ਅਤੇ ਇਹ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ VVPAT ਮਸ਼ੀਨ ਜਿਹੜੀ ਆ ਉਹ ਵਰਤੀ ਜਾਣੀ ਆ। ਇਹਦੇ ਨਾਲ ਇਹ ਨਹੀਂ ਕਿ ਇੱਕ ਬੂਥ 'ਤੇ, ਕਿ ਸਾਰੇ ਹੀ ਬੂਥਾਂ ਦੇ ਉੱਤੇ ਜਿਹੜੀ ਆ VVPAT ਮਸ਼ੀਨ ਜਿਹੜੀ ਹੈ ਇਹ ਲਗਾਈ ਜਾਵੇਗੀ। ਇਸਦੇ ਨਾਲ ਕਿਸੇ ਨੂੰ ਕਿਸੇ ਦੀ ਕੋਈ ਸ਼ੰਕਾ ਨਹੀਂ, ਅਗਰ ਸ਼ੰਕਾ ਕਿਸੇ ਨੂੰ ਲੱਗੇਗੀ ਤਾਂ ਉਹ ਜਿਹੜਾ ਕੈਂਡੀਡੇਟ ਹੈਗਾ ਵਾ ਉਹ ਸ਼ੰਕਾ ਨੂੰ ਉਸ ਕਰ ਸਕਦਾ ਕਿ ਆਪਣੇ ਫਾਰਮ ਭਰ ਕੇ ਦੇਵੇਗਾ ਕਿ ਉਹ ਫਾਰਮ ਭਰੇ, ਅਤੇ ਅਗਰ ਲੱਗਦਾ ਉਹਨੂੰ ਕੋਈ ਸ਼ਿਕਾਇਤ ਹੈਗੀ ਹੈ ਫਾਰਮ ਭਰਨ ਤੋਂ ਬਗੈਰ ਬਾਅਦ ਵਿੱਚ ਉਸ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇਗੀ। ਨਾਮ ਭਾਸਕਰ ਜੋਸ਼ੀ ਹੈ ਜੀ, ਮੈਂ ਤਾਂ ਇਲੈਕਸ਼ਨ ਆਫਿਸ ਤਰਨ ਤਾਰਨ ਨੂੰ ਰਿਪ੍ਰੈਜੈਂਟ ਕਰ ਰਿਹਾ ਹਾਂ। VVPAT ਸਾਡਾ ਜਿਹੜੇ ਵੋਟਰ ਸੀਗੇ, ਪਹਿਲਾਂ ਸਾਡੇ ਵੋਟਿੰਗ ਸਿਸਟਮ ਵਿੱਚ ਸਿਰਫ EVM ਦੈਟ ਇਜ਼ ਬੈਲਟ ਯੂਨਿਟ ਅਤੇ ਕੰਟਰੋਲ ਯੂਨਿਟ ਵਰਤੇ ਜਾਂਦੇ ਸੀ। ਪਹਿਲਾਂ ਜਿਹੜਾ ਵੋਟਰਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੁੰਦੀ ਸੀ ਵੀ ਅਸੀਂ ਜਿਹਨੂੰ ਵੋਟ ਪਾਈ ਹੈ ਉਹਨੂੰ ਵੋਟ ਵਾਕਈ ਉਸ ਕੈਂਡੀਡੇਟ ਨੂੰ ਪਈ ਹੈ ਕਿ ਨਹੀਂ, ਇਸ ਚੀਜ਼ ਨੂੰ ਉਹਦੀ ਸ਼ੰਕਾ ਨੂੰ ਦੂਰ ਕਰਨ ਦੇ ਲਈ ਮਾਣਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨਵੀਂ ਮਸ਼ੀਨ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰਾਇਲ ਇਸ ਵਾਰ ਲੋਕ ਸਭਾ ਇਲੈਕਸ਼ਨ 2019 ਦੇ ਵਿੱਚ ਇੰਟਰੋਡਿਊਸ ਕੀਤੀ ਹੈ ਜੀ। ਇਸ ਨਾਲ ਵੋਟਰ ਜਿਸ ਕੈਂਡੀਡੇਟ ਨੂੰ ਵੋਟ ਪਾਊਗਾ ਉਹ ਉਸਦਾ ਬਟਨ ਦੱਬੂਗਾ ਆਪਣੇ ਮਨਪਸੰਦ ਉਮੀਦਵਾਰ ਦਾ, ਜਦੋਂ ਉਹ ਬਟਨ ਦੱਬੂਗਾ ਬੈਲਟ ਯੂਨਿਟ ਦੇ ਉਸੇ ਉਮੀਦਵਾਰ ਦਾ ਨਾਮ, ਉਸਦਾ ਲੜੀ ਨੰਬਰ ਅਤੇ ਉਸਦਾ ਚੁਣਾਵ ਚਿੰਨ੍ਹ ਇੱਕ ਪਰਚੀ ਦੇ ਉੱਤੇ ਪ੍ਰਿੰਟ ਹੋ ਕੇ VVPAT ਦੇ ਸੀਲਡ ਕੰਪਾਰਟਮੈਂਟ ਦੇ ਵਿੱਚ ਡਿੱਗੇਗਾ, ਜਿਸ ਨਾਲ ਵੋਟਰ ਨੂੰ ਜਿਹੜੀ ਆਪਣੀ ਸ਼ਿਓਰਿਟੀ ਹੋ ਜਾਊਗੀ ਕਿ ਉਸਨੇ ਜਿਸ ਕੈਂਡੀਡੇਟ ਨੂੰ ਵੋਟ ਪਾਈ ਹੈ ਉਸੇ ਕੈਂਡੀਡੇਟ ਨੂੰ ਹੀ ਉਸਦੀ ਵੋਟ ਰਿਕਾਰਡ ਹੋਈ ਹੈ। ਇਸ ਪਰਚੀ ਨੂੰ ਜਿਹੜਾ ਵੋਟਰ ਹੈ 7 ਸੈਕਿੰਡ ਲਈ ਉਹ ਇੱਕ ਪਾਰਦਰਸ਼ੀ ਸਕਰੀਨ ਦੇ ਵਿੱਚ ਦੇਖ ਸਕਦਾ ਹੈ। ਨਹੀਂ ਜੀ, ਉਹ ਕੋਈ ਸਮਾਂ ਨਹੀਂ, ਉਹ ਜਿੰਨਾ ਸਮਾਂ ਪਹਿਲਾਂ ਲੱਗਦਾ ਸੀ ਉਨਾ ਹੀ ਸਮਾਂ ਹੁਣ ਵੀ ਲੱਗੂਗਾ। 7 ਸੈਕਿੰਡ ਬਸ ਇਹਦੇ ਵਿੱਚ ਜਿਹੜਾ VVPAT ਦੇ ਵਿੱਚ ਵੋਟਰ ਆਪਣੀ ਪਰਚੀ ਦੇਖਣ ਦੇ ਲੱਗਦਾ ਸੀ, ਬਸ ਉਹ 7 ਸੈਕਿੰਡ ਵੋਟਰ ਨੂੰ ਲੱਗਣਗੇ। ਇਸ ਦੇ ਵਿੱਚ ਜੇਕਰ ਕਿਸੇ ਵੋਟਰ ਨੂੰ ਸ਼ੰਕਾ ਹੋਏਗੀ ਵੀ ਮੈਂ ਜਿਸ ਨੂੰ ਆਪਣਾ ਜਿਸ ਕੈਂਡੀਡੇਟ ਨੂੰ ਉਸਨੇ ਵੋਟ ਪਾਈ ਹੈ ਉਸਦੀ ਪਰਚੀ ਨਹੀਂ ਪ੍ਰਿੰਟ ਹੋਈ, ਫਿਰ ਉਹ ਵੋਟਰ ਇੱਕ ਫਾਰਮ ਜਿਹੜੀ ਡੈਕਲਾਰੇਸ਼ਨ ਦੇ ਰੂਪ ਦੇ ਵਿੱਚ ਪ੍ਰਿਜ਼ਾਈਡਿੰਗ ਆਫਿਸਰ ਨੂੰ ਦਊਗਾ, ਫਿਰ ਉਸਦੇ ਜਿਹੜਾ ਪ੍ਰਿਜ਼ਾਈਡਿੰਗ ਆਫਿਸਰ ਇੱਕ ਕਾਊਂਟ ਆਪਣਾ ਪੋਲਿੰਗ ਏਜੰਟ ਪਲੱਸ ਵੋਟਰ ਤਿੰਨੇ ਜਾਣੇ ਵੋਟਿੰਗ ਕੰਪਾਰਟਮੈਂਟ ਦੇ ਵਿੱਚ ਜਾਣਗੇ, ਉਹਦੇ ਕੋਲੋਂ ਇੱਕ ਟੈਸਟ ਵੋਟ ਪਵਾ ਕੇ ਸਾਰੀ ਉਸਦੀ ਜਿਹੜੀ ਸ਼ੰਕਾ ਦੂਰ ਕਰਵਾਈ ਜਾਵੇਗੀ। ਇਹ ਇਸ ਵਾਰ 878 ਤਰਨ ਤਾਰਨ ਦੇ ਜਿੰਨੇ ਬੂਥ ਨੇ ਸਾਰੇ ਬੂਥਾਂ ਦੇ ਵਿੱਚ ਇਹ VVPAT ਮਸ਼ੀਨ ਵੀ ਨਾਲ ਵਰਤੀ ਜਾਵੇਗੀ EVM ਦੇ। ਹੁਣ ਦੇਖਣਾ ਹੋਵੇਗਾ ਕਿ ਜਿਹੜੀ ਇਹ ਮਸ਼ੀਨ ਹੈ ਕਿੰਨੀ ਕੁ ਸਹੀ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਅਵੇਅਰਨੈਸ ਪਾ ਸਕਦੀ ਹੈ। ਵਿਜੇ ਕੁਮਾਰ, D5 ਚੈਨਲ ਪੰਜਾਬੀ, ਤਰਨ ਤਾਰਨ।